बाप भरा ने दोवे भरा ने यानी कि मकसद यह है कि स्लेटी भी इदा कट देने अच्छा इन्हों के जो पले जो ग्रे हो गए सारे है ना हाँ ठीक हो गया ठीक हाँ एक कलर आम हो गया ना हूं कलर लोकी पसंद कलर आम होगा लेकिन कबूतर इदा नहीं होंगे मोहरा देखो क्या बात है अच्छा इन्हों की छातिया सारे जिन्हें भी देखिया चौड़िया देखिया ठीक हो छातिया चौड़िया अच्छा इन्हों कुंदे तुसी केड़े कुंदे कहंदे हो प्रश्नते भाई देखो ना रख देना जिदा छुरे परे फलाने 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 गोल कुंदे है तेज कुंदे है फलाने इन्हों की कहंदे ना ते छुरा कुंदा वा हां जी दूसरा हैगा अदिता कहंदे ने काचू पर है ये हां 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 एक जी अलग ही कुंदा वा मिक्स ही आ गया इच सारा हां तुसी देखो ना कुदरत लो ये निजाम है इदे जिदा असि सादा को सुनदे ना 10 से 10 पार उड़न वाले ए देखो ना सारे पार इको तरह दे सारे ਪਰ ਸਿੱਧੇ ਆ ਦੇਖ ਲੋ ਹਾਂਜੀ ਵਿੱਚ ਕਈਆਂ ਦੇ ਇਦਾਂ ਤਲਵਾਰ ਪਰੇ ਵੀ ਹੁੰਦੇ ਆ ਹਾਂ ਤੀਰ ਵੈਸੇ ਪਰ ਸਾਰੇ ਤੁਹਾਡੇ ਜਿਹੜੇ ਨਾ ਬਹੁਤ ਤੇਜ਼ ਆ ਨਾ ਬਹੁਤ ਚੌੜੇ ਆ ਠੀਕ ਆ ਤਕਰੀਬਨ ਮਤਲਬ ਕਿ ਇਹ ਸਾਜ ਜੀ ਇਹ ਵੀ ਆ ਗਏ ਉਹ ਆਪਣਾ ਜਿਹਨੂੰ ਕਹਿੰਦੇ ਹੋ ਕੀ ਕਹਿੰਦੇ ਸੀ उड़न आले जिदा बना ली देना हां जी अच्छा एदी दुम हुण सैंती गई है ठीक है ना एदे च क्रॉस आया विच कोई रंगीन भी ने बारीक भी क्रास पा के पंजे ऐदा लेकिन असल पंजे बहुत लाल है चेंज हो गया इन्हों के छटे आ गए कांटे जाने असल कबूतर गट्टू कबूतर अच्छा इन्हों असल कबूतर ठीक हो गया ऐसा भाई ऐदा लगता जिदा जिदा आली आले कबूतर होंगे बस उन्होंने कोई अपना कोई उदो ना कबूतर पर पांदे ही रहे ना हां जी जाहिर है उन तो बगैर तो कबूतर पांदे तो नहीं है आला माशाल्लाह ये लोकी कई दुम पसंद नहीं करते हां जी ये दो बंद वाली ना दो बंद आई ने तो दादा ये जड़ी दुम बना जी ये कबूतर नु गर्मी जा आनी नहीं देंदे थल्ले ए वाली जड़ी हां जी कबूतर इस दुम दे सिर ते उड़दा लोकी कहंदे ना दुम्बा छोटिया होनिया चाहिए दुम्ब छोटी दुम्ब का कबूतर जल्दी बह जाता सब जल्दी उत्ते जांदा बस लेकिन ए कबूतर उत्ते खलो जांदा हवा च इन्हां नूं पता नहीं लगदा बैलेंस रखदा ना बगल दुम्ब और परां दे नाल ए दुम्ब जिहड़ा कोप जां तुसीं देखना गुड्डी देखदे हां हां बिल्कुल तो हो जांदा उदों ही जदों ओहदे विचले तीर दे विच कोप पाईए ठीक है ठीक है जदों हवा भर जांदी हवा चुक जांदा सारा है हवा चुक जांदा हां जी ए लकीर वाले कबूतर ਇਹਨਾਂ ਤੋਂ ਉੱਤੇ ਮੈਂ ਕਬੂਤਰ ਨਹੀਂ ਉੱਡਦੇ ਦੇਖੇ ਠੀਕ ਹੋ ਗਿਆ ਸਰ ਆ ਜਿਹੜੇ ਲਕੀਰ ਵਾਲੇ ਕਬੂਤਰ ਆ ਨਾ ਮੈਂ ਇਹਨਾਂ ਤੋਂ ਅੱਛੇ ਤੇ ਇਹਨਾਂ ਤੋਂ ਉੱਤੇ ਕਬੂਤਰ ਨਹੀਂ ਉੱਡਦੇ ਦੇਖੇ ਸਹੀ ਹੈ ਸਹੀ ਹੈ ਆ ਸਾਰੀਆਂ ਲਕੀਰ ਵਾਲੀਆਂ ਮਾਦੀਆਂ ਠੀਕ ਹੋ ਗਿਆ ਕੀ ਬਾਤ ਹੈ ਜੀ ਮਾਸ਼ਾਅੱਲਾ ਦੋਸਤੋ ਇਹ ਹੈਗੇ ਨਿਗੇ ਨਿਗੇ ਆ ਸਾਹ ਜੀ ਆਰਟਿਸਟ ਵਜੂਦ ਇਹੀ ਜੇ ਹੁਣ ਸਾਰੇ ਇੱਧਰ ਆ ਗਏ ਦੁਬਾਰਾ ਕੀ ਆ ਵਜੂਦ ਬਣਾਉਣ ਵਾਸਤੇ ਵੱਡੇ ਵੱਡੇ ਕੋ ਜਾਣ ਲੋਕੀ ਛਰਾਂਦੇ ਪੈ ਜੇ ਹੁਣ ਤੁਹਾਨੂੰ ਇੱਕ ਮਿਸਾਲ ਦਿੰਦਾ ਹਾਂ सारी रात कठे सही कहना यार इट फड़ लो
ਇੱਟ ਨੂੰ ਤੁਸੀਂ ਸੁੱਟੋ ਹਾਂਜੀ ਉਹ ਕਿੰਨੀ ਕ ਦੂਰ ਜਾਊਗੀ ਹਾਂ ਤੇ ਜੇ ਰੋੜਾ ਹੋਵੇ ਉਹ ਤੇ ਰੋੜਾ ਹੋਵੇ ਉਹਨੇ ਜ਼ਿਆਦਾ ਦੂਰ ਜਾਣਾ ਦੂਰ ਜਾਣਾ ਇਹ ਰੋੜਾ ਇਹ ਨਿੱਕੇ ਕੱਦ ਦਾ ਜਿਹੜਾ ਕਬੂਤਰ ਹੁੰਦਾ ਨਾ ਇਹ ਬੁਲੰਦੀ ਬਹੁਤ ਕਰਦਾ ਉਹ ਜਿਸ ਕਬੂਤਰ ਨੇ ਸਾਜੀ ਬੁਲੰਦੀ ਕਰਨੀ ਹੈ ਨਾ ਭਾਈ ਜੀ ਦੀ ਉਹਨੇ ਟਾਈਮ ਮਾਰਨਾ ਆ ਗੋਲੀ ਕੈਪਸੂਲ ਜਿੰਨੇ ਵੀ ਸਾਲ ਨਹੀਂ ਨਹੀਂ ਇਹ ਕਾਹਦੇ ਲਈ ਦਿੰਦੇ ਆ ਜੀ ਤੁਹਾਨੂੰ ਪਤਾ ਤੁਹਾਡੀ ਇੰਨੀ ਕਦੀ ਕਿਸੇ ਨੇ ਦੱਸਿਆ ਨਹੀਂ ਤੁਸੀਂ ਦੱਸੋ ਗੋਲੀ ਕੈਪਸੂਲ ਅਸੀਂ ਕਬੂਤਰ ਨੂੰ ਇਸ ਕਰਕੇ ਦੇਈਦਾ ਕਿ ਉਹ ਬੁਲੰਦੀ ਕਰ ਜਾਵੇ ਉੱਚੇ ਜਾਣ ਵਾਸਤੇ ਜਿਹਦੇ ਜਿਸ ਕਬੂਤਰ ਨੇ ਬੁਲੰਦੀ ਜ਼ਿਆਦਾ ਕਰਨੀ ਹੈ ਨਾ ਸਹੀ ਜਿਹੜਾ ਹਾਂਜੀ ਪ੍ਰਵਾਦ ਵੀ ਉਹਨੇ ਹੀ ਕਰਨੀ ਹਾਂਜੀ ਜਿੰਨਾ ਉੱਤੇ ਠੰਡੇ ਜੇ ਚੱਲ ਜਾਣਾ ਉਹਨੇ ਜਿਹੜਾ ਕਬੂਤਰ ਗਰਮੀ ਚ ਥੱਲੇ ਰਹਿ ਜਾਂਦਾ ਤੁਹਾਨੂੰ ਪਤਾ ਕਿੰਨਾ ਕੀ ਉਡਲੇ 12 ਵਜੇ 1 ਵਜੇ ਬਹਿ ਜਾਏਗਾ ਜਿਸ ਕਬੂਤਰ ਨੇ ਬੁਲੰਦੀ ਕਰਨੀ ਹੈ ਨਾ ਉਹਨੇ ਸ਼ਾਮ ਨੂੰ ਨਿਕਲਣਾ ਉਹਨੇ ਫਰੈਸ਼ ਵੀ ਨਿਕਲਣਾ ਜਿਹੜਾ ਕਬੂਤਰ ਥੱਲੇ ਰਹਿ ਜਾਣਾ 1:30-2 ਦੇ ਦਰਮਿਆਨ ਸੂਰਜ ਦੇ ਥੱਲੇ ਉਹਨੇ ਉੱਡਣਾ ਆ ਕੇ ਉਹ ਕਬੂਤਰ ਬਸ ਫਾਰਗ ਹੋ ਜਾਂਦਾ ਸ਼ਦਾਦੇ ਭਾਈ ਮੈਂ ਨਾ ਅੱਲਾ ਜਨਸੀ ਪਰੇ ਉਸਤਾਦ ਸ਼ਦਾਦੇ ਭਾਈ ਥੋੜੀ ਕੁਰਸੀ ਅੱਗੇ ਕਰ ਲਓ ਉੱਠ ਕੇ ਨਾ ਥੋੜੀ ਕੁਰਸੀ ਅੱਗੇ ਕਰ ਲਓ ਤੇ ਚੱਲ ਤੂੰ ਥੋੜਾ ਉਰਾਂ ਆ ਜਾਓ ਇੱਥੇ ਇੱਥੇ ਠੀਕ ਆ ਬਸ ਠੀਕ ਅੱਛਾ ਉਸਤਾਦਾ ਇਹਨਾਂ ਦੇ ਸਾਰੇ ਪੱਲੇ ਸਾਫ਼ ਹੈ ਠੀਕ ਹੈ ਨਾ ਜੀ ਇਹਨਾਂ ਦੇ ਵਿੱਚ ਤਾਂ ਲਕੀਰ ਜਿਹੜੀ ਤੁਸੀਂ ਜਿਹੜੀ ਗੱਲ ਕੀਤੀ ਬਿਲਕੁਲ ਚੌੜੀ ਹੈ ਇਹ ਨੀਂਦ ਦੁੰਬਾ ਜਿੱਥੇ ਪਾਰ ਹੋਊਗਾ ਦੁੰਬ ਆਪਣੀ ਦਾ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਏਗਾ ਇਹ ਦੇਖ ਦੋ ਬੰਦ ਹੋ ਗਏ ਇਹਨਾਂ ਦੇ ਇੱਕ ਆ ਬੰਦ ਵੱਖਰਾ ਹੋ ਗਿਆ ਵੱਖਰਾ ਬੰਦ ਦੋ ਬੰਦ ਹੁੰਦੇ ਹਾਂਜੀ ਇਹਨਾਂ ਦੇ ਦੋ ਬੰਦ ਹੈ ਅੱਛਾ ਆਪਣਾ ਸ਼ਰਾਦੇ ਭਾਈ ਮੈਂ ਤੁਹਾਡੇ ਨਾਲ ਗੱਲ ਕਰਦਾ ਮੈਂ ਨਾ ਇੱਕ ਦਫਾ ਅੱਲਾ ਜਨਸੀ ਅਸਲਮ ਆਪਣਾ ਨੁਸ਼ਹਿਰੇ ਵਿਰਕਾਨ ਕੋਲ ਵਟਸਐਪ ਕੋਲ ਬੈਠਾ ਸੀ ਉਹਦੇ ਕੋਲ ਨਾ ਜਦੋਂ ਮੈਂ ਕਬੂਤਰਾਂ ਦਾ ਸ਼ੌਕ ਕਰਦਾ ਮੈਂ ਉਹਨੂੰ ਕਿਹਾ ਸਭ ਤੋਂ ਖਤਮ ਜਦੋਂ ਹੋਇਆ ਨਾ ਮੈਂ ਕਿਹਾ ਵਟਸਐਪ ਮੈਂ ਜਿੰਨੇ ਵੀ ਤੁਹਾਡੇ ਖੁੱਡੇ 'ਚ ਕਬੂਤਰ ਦੇਖੇ ਆ ਨਾ ਉਹਨਾਂ ਦਾ ਕਿਸੇ ਦਾ ਵੀ ਐਡ ਤੋਂ ਵੱਡਾ ਵਜੂਦ ਨਹੀਂ ਸੀ ਹੈ ਜਿੰਨੇ ਆਪਣੇ ਆਪ ਕਬੂਤਰ ਮੈਂ ਜਿੰਨੇ ਵੀ ਦੇਦਾ ਪਿਆ ਨਾ ਟੋਟਲ ਸਾਰਿਆਂ ਦਾ ਇੱਕੋ ਵਜੂਦ ਹੈ ਸਾਰਿਆਂ ਦਾ ਉਹ ਜਦੋਂ ਮੈਂ ਗੱਲ ਕੀਤੀ ਨਾ ਤਾਂ ਉਹ ਮੇਰੇ ਮੂੰਹ ਵੱਲ ਦੇਖਣ ਲੱਗ ਪਿਆ ਕਹਿੰਦਾ ਮਲਕ ਇਹ ਤੂੰ ਕਿਹੜੀ ਗੱਲ ਕੀਤੀ ਮੈਂ ਆਖਿਆ ਜੀ ਮੈਂ ਬਹੁਤ ਸਾਰੇ ਖੁੱਡਿਆਂ ਜਾਂਦਾ ਕਬੂਤਰ ਵੱਡੇ ਕੋਈ ਛੋਟੇ ਕੋਈ ਮੁਖਤਲਿਫ ਤਰ੍ਹਾਂ ਦੇ ਹੁੰਦੇ ਫਿਰ ਉਹਨੇ ਗੱਲ ਕੀਤੀ ਮਰਹੂਮ ਨੇ ਕਿ ਇਹੀ ਸਾਦ ਆਰਟਿਸਟ ਹੈ ਜੇ ਤੁਸੀਂ ਪਰਵਾਨਾ ਲੈਣੀਆਂ ਜੋੜਾਂ ਚਲਾਣੀ ਦੇਖੋ ਨਾ ਹੁਣ ਵੱਡੇ ਵੱਡੇ ਕਬੂਤਰ ਵੀ ਮੈਂ ਦੇਖਦਾ ਪਿਆ ਲੇਕਿਨ ਤੁਹਾਨੂੰ ਐਂ ਲੱਗਣਗੇ ਜਿੱਦਾਂ ਆਮ 10 ਪਾਰ ਪਹਿਲੇ ਧਾਕਾ ਹੁੰਦਾ ਅਤੇ ਦੂਜਾ ਧਾਕਾ ਹੁੰਦਾ ਇਹ ਸਾਰੇ ਉਹੀ ਵਜੂਦ ਸਾਰੇ ਅੱਛਾ ਜੀ ਇਹ ਵੀ ਨੀਲ ਦੁੰਬੇ ਜੀ ਸਾਰੇ ਜੀ ਯਾਰ ਆਪਣਾ ਹੁਣ ਸ਼ਦਾਦਿਆ ਨੀਲ ਦੁੰਬੇ ਤੋਂ ਇਲਾਵਾ ਆਪਾਂ ਕੋਈ ਕੰਮ ਹੋਰ ਵੀ ਕਰਨਾ ਨਹੀਂ ਬਸ ਹੋ ਗਿਆ ਨੀਲ ਦੁੰਬੇ ਦਾ ਸ਼ੌਕ ਆਪਣਾ ਸਾਰਾ ਪੂਰਾ ਹੋ ਗਿਆ ਫਿਰ ਤੁਸੀਂ ਰਾਇਲ ਦਾ ਸ਼ੌਕ ਕਰਵਾਓ ਨਾ ਆਪਣਿਆਂ ਦਾ ਜਿਹੜਾ ਹੁਣ ਚੱਲਦੇ ਹਾਂ ਥੱਲੇ ਫਿਰ ਡਾਬਾ ਵਾਲੇ ਵੀ ਇੱਥੇ ਉੱਤੇ ਆ ਕਿ ਥੱਲੇ ਆ ਦੋਸਤੋ ਤੁਹਾਡਾ ਹਾਲੇ ਸਫ਼ਰ ਲੰਬਾ ਹੈ ਜੀ ਹਾਲੇ ਸਾਡੇ ਨਾਲ ਰਹੋ ਤੁਹਾਨੂੰ ਮਜ਼ਾ ਆਏਗਾ ਸਾਰ ਨੀਲ ਦਿੰਬਿਆਂ ਨੂੰ ਹੁਣ ਦੂਜੀ ਵਰਾਇਟੀ ਲੈ ਕੇ ਆਪਾਂ ਜਿਹੜੀ ਵਰਾਇਟੀ ਲਾਣੀ ਸੀ ਲਾਣੀ ਸਾਰੀ ਠੀਕ ਹੈ ਨਾ ਜੀ ਇਹ ਸਾਰਾ ਹੋ ਗਿਆ ਹਾਂਜੀ ਇਹਨਾਂ ਨੂੰ ਉੱਥੇ ਛੱਡ ਦਿਓ ਸਾਡੇ ਸ਼ੌਕ ਦੇ ਕਬੂਤਰ ਆ ਜੀ ਮੰਦੀ ਮਾਦੀ ਹੈ ਜਨਾਬ ਸਾਡੇ ਆ ਸ਼ੌਕ ਦੇ ਕਬੂਤਰ ਆ ਨਹੀਂ ਉਹ ਤਾਂ ਠੀਕ ਅਸੀਂ ਆਪ ਨਹੀਂ ਫੜਦੇ ਇਹਨਾਂ ਨੂੰ ਹੱਥ 'ਚ ਸਹੀ ਹੈ ਸਾਹ ਦਿਖਾ ਰਹੀ ਆਖ ਕੀ ਆ ਬਾਤ ਹੈ ਜੀ ਮਾਸ਼ਾਅੱਲਾ ਇਹਦਾ ਬਾਪ ਦਾ ਹੈ ਆ ਮੈਂ ਕੋਲ ਕੋਈ ਨਹੀਂ ਬਸ ਹੋ ਗਈ ਉਸੇ ਘਰ ਜਾਂਦੇ ਹੈ ਕਿਆ ਬਾਤ ਹੈ ਜੀ ਮਾਸ਼ਾ ਬਹੁਤ ਆਲਾ ਠੀਕ ਹੋ ਗਿਆ ਅੱਛਾ ਇਹਦੇ ਵਿੱਚ ਹੁਣ ਚਿੱਟਾ ਇਹਦੇ 'ਚ ਵੀ ਇਹ ਵੀ ਹਾਂਜੀ ਠੀਕ ਹੋ ਗਿਆ ਹਾਂਜੀ ਹਾਂਜੀ ਸਹੀ ਦੇਖਣ
जिदा पुराने देखते अच्छा देखो ना बंद भी दो नजर आन गए चौड़े नजर आन गए कबूतर बाजा ने ना टूट गई है सारे अच्छा दुम चौड़ी इंज फलान तुसी अब बदरंगे कबूतर भी देख दे किन्ने उड़दे निजाम आगे मतलब ब्रीडर कबूतर सही करने आले लेकिन इस हालत च भी उड़दे है जेड़ा कबूतर खून उड़दा होवे ना इस हालत च भी कबूतर हमेशा जेड़ा कबूतर बाज ना उड़दा कबूतर ही मतलब लिया के उन्होंने चेक किया फिर ही उड़न लगे उड़दा कबूतर लैन का शौक है ना उड़ते फोटो खिचवा का शौक ही तैड़ियां सिर्फ हां कलर सिर्फ चेंज होना बकार सब कुछ यही होना रंग रूप से यही सारा आंदा जी लो जी जहाद भाई बहू इजाज दे छोटे भाई वेलकम होगा जहाद भाई की हाल चाल है ठीक ठाक हो जी उस्ताद चौधरी फजल जनाब चकवाल तो मेरे नाल है चांद भट्ट साहब वेलकम होगा जी यूनस तरार भाई वेलकम होगा जी ज़ीशान भट्ट साहब वेलकम हो गया जी जनाब नबील बेग वेलकम होम स्टेशन जी वेलकम जी मोहम्मद खान जी वेलकम हो गया जी लाल भाई बहुत शुक्रिया जनाब की हाल मसूद अहमद वेलकम हो गया जी जी बहु जहाज फैसलाबाद कबूतर परवीज के हवाले बड़ा जाने पछाने ना जी उन्होंने छोटे भाई जहाद भाई बहुत अच्छे शौकीन अच्छा जी डबा क्रॉस किया नील दुबा डबा क्रॉस जो कबूतर सही हो गए बिलकुल दुम पर एक हो गया जी कुंदा भी उन्होंने जरा देखो कुंदा बन के बहुत हसीन हो गया ना ज्यादा कुछ कत हो गया जी है करो करो देखो जी हां जी बैठो बैठो जी वजूद कमाल हां जी ठीक ठीक हो गया मैं भाई शहजादे एक सवाल है नौवीं करनी वाला जेड़ा यो गोल उड़दा स्लो उड़दा गोल जांदा गोल आंदा अपनी अपनी दौड़ के जिवें बंदे जेड़े ने कोई हुण मैंने गल सुनो असीं पंज भरा वा किसी का कद किड्डा किसी का किद्दा किद्दा कद जेड़े कुदरत दी देख ना मां प्यो दे एक ही हुंदा ना लाहौर आलिया ने
कबूतर नो डाउट के सेंते है, ठीक है जी। उन्होंने कबूतर बनाए हैं, उन्होंने जो हल्का जहा भी किसी साढ़े कबूतर टच आता ना तो बड़े बागमाल हो जाते, वो अपनी असल जगह से आ जाते, परवाजा भी अच्छी हो जाती उन्होंने। हाँ जी, क्या बात है जी। और सब तू देखो जी गल के एदी दम दे आ, देखो जेड़ा जिनु कहंदे ने अक्सर गार्डर कहंदे ने, क्या देखो। हां जी, आ गार्डर किड्डे दे आ, देखो कितक जांदा पैर, ए इंच भी नहीं आ गए, कितक दित्ती कि 1 इंच दा फासला भी नहीं दी दम दे। कहना यही कबूतर बनाओ ना, जदों आ कबूतर बनने आ। हां जी, उन्हां ने परवाजा होर लंबियां कर दियां। मौसम होवे जी ठंडा ते मौसम होवे, ए उड़ने आ, ए उड़ने उड़ने आ सारे, इन्हां ने भज्जे जाके समान वड़ जाना। ए कड़े जी उस्ताद जी कद वड्डा हो गया, कंधा भी चेंज हो गया, और बहुत आला चीज बन गई पठा, बहुत ही कमाल बन गया, एदे नालों बहुत कमाल बन गया। पप्पू भाई दोस्त माशाल्लाह शौक वास्ते हाजिर होए ने, छिंदा भाई भरा ने जी माशाल्लाह जी, वेलकम जी, वेलकम आओ तुसी पाओ जोड़े ना वासे, कोई नुकसान नहीं है, कुछ तुसी मेंटेन करो, छोटी दम करो, छोटी दम करदा क्योंकि खून अच्छा सी ओदा। अच्छा उस्ताद ਉਹ ਵੀ ਆਪਣੀਆਂ ਗੱਲਾਂ ਕਰੀ ਜਾਣ, ਲੇਕਿਨ ਸਾਡੀ ਵੀ ਗੱਲ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਨਾ। ਇਹ ਨੌਵੇਂ ਪੜ ਦਾ ਜਿਹੜਾ ਬੈਠੋ, ਭਰਾ ਦੇ ਕੋਲ ਨਾਲ ਹੀ ਬੈਠੋ, ਤੁਸੀਂ ਛੱਡੋ ਆ ਜਾਓ, ਉਹ ਛੱਡੋ ਤੁਸੀਂ ਆ ਜਾਓ, ਉਹ ਦੇਖ ਲੈਂਦੇ ਆ, ਤੁਸੀਂ ਉਧਰ ਕਰ ਦਿੰਦੇ ਆ, ਇੱਧਰ ਮੇਰੇ ਕੋਲ ਸਾਹਮਣੇ ਆਓ ਨਾ, ਇੱਕ ਮੈਂ ਆਪਣਾ ਸਵਾਲ ਕਰਦਾ ਇੱਕ, ਕੋਈ ਨੀ। ਇਹ ਨੌਵੇਂ ਪੜ ਦੀ ਡੈਫੀਨੇਸ਼ਨ ਸ਼ਦਾਦ ਨੇ ਗੱਲ ਕੀਤੀ ਹੋਣੀ, ਇਹ ਇਹਦੇ ਵਿੱਚ ਕੀ ਤੁਸੀਂ ਗੱਲ ਕਰਦੇ ਕਰਦੇ ਵਿੱਚ ਰਹਿ ਗਏ, ਕੁਛ ਕਹਿਣਾ ਚਾਹ ਰਹੇ ਸੀ ਉਦੋਂ? ਮੈਂ ਕਹਿਣਾ ਕੁਛ ਵੀ ਨਹੀਂ ਚਾਹ ਰਿਹਾ, ਇਹ ਲੋਕਾਂ ਦੇ ਨੌਲੇਜ ਵਾਸਤੇ ਆ। ਮੈਂ ਤਕਰੀਬਨ 30 ਸਾਲ ਬਾਜ਼ੀ ਕੀਤੀ ਇੱਥੋਂ, ਠੀਕ ਹੋ ਗਿਆ। ਮੇਰੇ ਕੋਲ ਜਿਹਦੇ 3 ਪਰ ਬਰਾਬਰ ਦੇ ਹੁੰਦੇ ਸੀ, ਉਹ ਵੀ ਕਬੂਤਰ ਸ਼ਾਮ ਨੂੰ ਬੈਠਾ, ਜਿਹਦੀ 9ਵੀਂ ਕੰਨੀ ਵੱਡੀ ਹੁੰਦੀ ਸੀ, 10ਵੀਂ ਤੇ 8ਵੀਂ ਕੰਨੀ ਬਰਾਬਰ ਹੁੰਦੀ ਸੀ, ਉਹ ਵੀ ਸ਼ਾਮ ਨੂੰ ਬੈਠਾ, ਠੀਕ ਹੋ ਗਿਆ, ਠੀਕ ਹੋ ਗਿਆ। ਨਹੀਂ ਤੇ ਫਿਰ ਉਸਤਾਦ, ਜਿਨ੍ਹਾਂ ਦੇ 3 ਪਰ ਬਰਾਬਰ ਦੇ ਹੁੰਦੇ ਸੀ ਉਹ ਵੀ ਸ਼ਾਮ ਨੂੰ ਬੈਠੇ ਆ। ਉਹ ਤੇ ਉਸਤਾਦ ਗੱਲ ਤਾਂ ਠੀਕ ਹੈ, ਲੇਕਿਨ ਇਹਦਾ ਕਿਸੇ ਪ੍ਰਵਾਦ ਆਉਣ ਜਾਣ ਚ ਜਾਂ ਠਹਿਰਨ ਚ ਜਾਂ ਜਲਦੀ ਉੱਪਰ ਜਾਣ ਚ ਜਾਂ ਜੋੜਿਆਂ ਦੇ ਵਿੱਚ ਆਖਰ ਕੋਈ ਨਾ ਕੋਈ ਅਮਲ ਦਖਲ। ਦੇਖੋ ਮਾਲਕ ਨੇ ਇੱਕ ਚੀਜ਼ ਬਣਾਈ ਹੈ, ਜਿਹੜਾ ਕਬੂਤਰ ਆ ਉਹ ਜ਼ਿਆਦਾ ਬੁਲੰਦੀ ਕਰਦਾ ਵਾ, ਇਹਦਾ ਜਲਦੀ ਉੱਤੇ ਚਲ ਜਾਂਦਾ ਵਾ, ਜਿਹੜਾ ਤੇਜ਼ ਪਰਾਂ ਦਾ ਕਬੂਤਰ ਆ, ਯਾਨੀ ਕਿ ਬਰੀਕ ਪਰ ਹੋਣ, ਬਹੁਤ ਚੌੜੇ ਨਾ ਹੋਣ। ਹਾਂ, ਮਸਲਨ ਜਿਹੜਾ ਜਿਹਦੇ ਬਹੁਤ ਚੌੜੇ ਪਰ ਆ ਉਹ ਜਿਹੜਾ ਥੋੜਾ ਜਿਹਾ ਸਲੋਅ ਕਬੂਤਰ ਆ, ਠੀਕ ਹੋ ਗਿਆ, ਉਹ ਜਿਹੜਾ ਥੋੜਾ ਜਿਹਾ ਸਲੋਅ ਹੋ ਗਿਆ, ਬਿਲਕੁਲ ਠੀਕ ਆ। ਅੱਜ ਕੱਲ੍ਹ ਲੋਕਾਂ ਨੇ ਤੇਜ਼ ਬਣਾਏ ਆ ਕਬੂਤਰ, ਤੇਜ਼ ਪਰਾਂ ਦੇ ਕਬੂਤਰ ਬਣਾਏ ਆ, ਜਿਹੜਾ ਲਗਨ ਲੋੜ ਦੇ ਹੱਥ ਨਾਲ ਫੌਰੀ ਜਿਹੜਾ ਉੱਠ ਕੇ ਚੱਲ ਜਾਵੇ ਤੇ ਉੱਤੋਂ ਆਉਂਦੇ ਵੀ ਸਿੱਧੇ ਆ। ਇਹ ਜਿਹੜੇ ਚੌੜੇ ਪਰਾਂ ਦੇ ਕਬੂਤਰ ਇਹ ਆ ਕੇ ਲੇਟਦੇ ਬਹੁਤ ਆ। ਇਹਦੇ ਵਿੱਚ ਨਾ ਉਸਤਾਦ ਦੋ ਚੀਜ਼ਾਂ ਨੇ, ਦੋਵੇਂ ਉਸਤਾਦ ਬੈਠੇ ਨੇ, ਉਸਤਾਦ ਸ਼ਦਾਦਾ ਵੀ ਬੈਠਾ, ਤੁਸੀਂ ਮਾਸ਼ਾਅੱਲਾ ਦੋਵੇਂ ਕਾਰੀਗਰ ਹੋ, ਉਡਾਨ ਦੇ ਵੀ ਹਵਾਲੇ ਨਾਲ ਵੀ ਬਣਾਉਣ ਦੇ ਹਵਾਲੇ ਨਾਲ ਵੀ, ਇਹ ਚ ਕੋਈ ਸ਼ੱਕ ਨਹੀਂ। ਚਾਚਾ ਭਤੀਜਾ ਦੋਵੇਂ ਕਾਰੀਗਰ। ਹਾਂ, ਇਹ ਤੇ ਹੁਣ ਵੱਡਾ ਉਸਤਾਦ ਹੋ ਗਿਆ ਜੀ, ਹੁਣ ਤੇ ਬਹੁਤਾ ਵੱਡਾ ਉਸਤਾਦ ਹੋ ਗਿਆ ਜੀ, ਨਾਲੇ ਉਸਤਾਦ ਨੇ ਸਾਰਾ ਕੁਝ ਦੱਸ ਹੀ ਦਿੱਤਾ। ਆਹ ਫਿਰ ਉਸਤਾਦੀਆਂ ਸਾਰੀਆਂ, ਇਹ 10ਵੀਂ ਕੰਨੀ ਜਿਹੜਾ ਆਖਰੀ ਜਾਂ 9ਵੀਂ ਜਾਂ ਪਹਿਲਾ ਪਰ ਜਿਹੜਾ ਬਗਲਾ, ਜਿਹੜਾ ਪਹਿਲੀ ਕੰਨੀ ਜਿਹੜੀ ਹੁੰਦੀ ਹੈ, ਇਹਨਾਂ ਦੇ ਦੋ ਜਿਹੜੇ ਵੱਡੇ ਹੁੰਦੇ, 9ਵੀਂ ਤੇ ਪਹਿਲਾ ਬਗਲਾ ਪਰ ਵੱਡਾ, ਇਹ ਜੋੜਿਆਂ ਵਾਸਤੇ, ਉਚਾਈ ਜਾਣ ਵਾਸਤੇ, ਫੈਨ ਵਾਸਤੇ ਜਾਂ ਕਰ ਵਾਸਤੇ, ਜੋੜਿਆਂ ਵਾਸਤੇ ਵੀ ਇੱਥੇ ਕਬੂਤਰ ਹੁੰਦੇ ਆ, ਇਹਨਾਂ ਦੀ ਬਲੱਡ ਡਿਜ਼ਾਈਨ ਪਿੱਛੇ ਚੰਗੀ ਹੁੰਦੀ ਹੈ, ਅਤੇ ਜਿਹਦੀ 10ਵੀਂ ਕੰਨੀ ਵੱਡੀ ਆ ਉਹ ਵੀ ਕਬੂਤਰ ਜੋੜਿਆਂ ਵਾਸਤੇ ਬਹੁਤ ਚੰਗਾ ਵਾ। ਜਿਹਦੀ 10ਵੀਂ ਕੰਨੀ ਵੱਡੀ ਹੋਵੇ, ਜਿਹਦੀ 10ਵੀਂ ਕੰਨੀ ਯਾਨੀ ਕਿ 10ਵੀਂ ਤੋਂ ਬਰਾਤ 8ਵੀਂ 9ਵੀਂ ਤੇ 10ਵੀਂ ਤੇ ਬਰਾਬਰ ਜਿੱਦਾਂ ਬਹੁਤ ਸਾਰਾ ਜੋੜਾ ਬਣਦਾ ਵਾ ਤੇ ਬਹੁਤ ਸਾਰਾ ਬੱਚੇ ਉੱਡਦੇ ਆ। ਉਹਦੀ ਵਜ੍ਹਾ ਇਹ ਆ ਕਿ ਉਹ ਗੋਲ ਪਰਾਂ ਦਾ ਹੁੰਦਾ ਵਾ, ਉਹਦੀ ਲੰਮੀ ਕੰਨੀ ਹੁੰਦੀ ਆ, ਉਹ ਬੁਲੰਦੀ ਵਾਲਾ ਹੁੰਦਾ, ਗੋਲ ਪਰਾਂ ਵਾਲਾ ਗੋਲ ਫਿਰਨ ਵਾਲਾ ਹੁੰਦਾ, ਉਹ ਵੱਡਾ ਜਿਹਾ ਲੰਮੀ ਕੰਨੀ ਜਿਹਦੀ ਫਿਰਦੀ ਆ ਨਾ ਲੰਮੀ ਕੰਨੀ, ਉਹ ਲੰਮਾ ਚੱਲਣ ਵਾਲਾ ਕਬੂਤਰ ਹੁੰਦਾ, ਲੰਮਾ ਚੱਲਦਾ ਸਹੀ। ਤੇ ਗੋਲ ਪਰਾਂ ਦਾ ਕਬੂਤਰ ਜਦੋਂ ਉਹਦੇ ਨਾਲ ਜੋੜਾ ਲਾਓਗੇ ਨਾ, ਉਹ ਸਹੀ ਆਪਣੇ ਗੇੜੇ ਚ ਘਰ ਆਏਗਾ ਤੇ ਸਹੀ ਜਾਏਗਾ। ਸੁਹੇਲ ਭਾਈ, ਉਹ ਗੱਲ ਵਾਜ਼ਿਹ ਹੋ ਗਈ ਆਪਣੀ ਕੰਨੀ ਵਾਲੀ, ਸਮਝ ਆ ਗਈ ਗੱਲ ਦੀ? ਲਓ ਜੀ, ਉਹ ਮੈਂ ਚਾਹੁੰਦਾ ਸੀਗਾ ਕਿ ਉਹ ਕਲੀਅਰ ਹੋ ਜਾਏ ਥੋੜੀ ਜਿਹੀ, ਹੁਣ ਥੱਲੇ ਚਲੀ ਜਾਏਗੀ, ਅਗਲੇ ਕਿੱਥੇ ਜਾਣਾ, ਉੱਤੇ ਤਾਂ ਦਹੀ ਹੈ ਜੀ ਇਹ।
यार की करना पिया तीन घंटे तू नील दुबे च फट के गड़का के रख छड़िया फट के अंदर है तेरे नील दुबे नहीं मुकदे पे साल आया फिर तभी थले चल रहे यार थले चल फिर एक एक जोड़ा डब्बा दादे भाई की फिर माशाल्लाह अगला तैयारी कैसी जा रही है गोल्डन पुत्र लगता है गोल्डन है जी ਇਹ ਬਣੇ ਕਬੂਤਰ ਨਾ ਦੇਖੋ ਹਾਂਜੀ ਬਣੇ ਬਣੇ ਬਿਲਕੁਲ ਬਣੇ ਨੀਲ ਦੁੰਬੇ ਇਹਨਾਂ ਚ ਪਾ ਲਓ ਆਪੇ ਦੁੰਬਾ ਵੀ ਸਿੱਧੀਆਂ ਜਾਣੀਆਂ ਪਰ ਵੀ ਸਿੱਧੀ ਬਿਲਕੁਲ ਬਣ ਜਾਂਦੇ ਆ ਸਿਰ ਤੇ ਫੌਰਨ ਸਿੱਧੇ ਇੱਕੋ ਇੱਕੋ ਮੇਲ ਚ ਕੰਮ ਸਿੱਧਾ ਹੋ ਜਾਂਦਾ ਸਾਰਾ ਕੀ ਬਾਤ ਹੈ ਜੀ ਹਾਂ ਸਾਲਾ ਆ ਦੇਖ ਨਾ ਆ ਹੁਣ ਠੀਕ ਹੋਇਆ ਆ ਦੇਖੋ ਨਾ ਹਰ ਚੀਜ਼ ਵਾਦਾ ਨਜ਼ਰ ਆਉਣ ਲੱਗੀ ਕੀ ਬਾਤ ਨਾਲੇ ਆਪਣਾ ਸਦਾਸ਼ ਦਾ ਦੇ ਇਹਦੇ ਵਿੱਚ ਕਿਹੜਾ ਘੱਟ ਮੇਲ ਇਹਨਾਂ ਕਬੂਤਰਾਂ ਚ ਪਹਿਲਾਂ ਗੋਡਨਾਂ ਦੇ ਚ चल मैं इथे आना अल हूं ठीक है पलकां भी रंगीन ने ਪਲਕਾਂ ਵੀ ਲਗੀਨ ਨੇ ਡੋਰੇ ਵੀ ਵੱਡੇ ਆ ਕੀ ਬਾਤ ਆ ਮਾਸ਼ਾ ਦੋ ਜੀ ਇੱਧਰ ਆ ਚਿੰਦਾ ਭਲਵਾਨ ਆ ਹਾਂਜੀ ਚਿੰਦਾ ਭਲਵਾਨ ਦੇ ਉਹ ਕੋਲ ਥਾਣ ਸਾਧ ਜੀ ਮੇਰਾ ਭਾਈ ਹੈ ਜੀ ਵੱਡਾ ਠੀਕ ਆ ਜੀ ਚਿੰਦਾ ਭਾਈ ਵੀ ਪੁਰਾਣੇ ਸ਼ਕੀਨ ਨੇ ਸਾਡੇ ਫੈਸਲਾਬਾਦ ਦੇ ਜੀ ਮਾਸ਼ਾਅੱਲਾ ਜੀ ਸਾਹ ਜੀ ਸਾਹ ਜੀ ਜਿਹੜੀ ਵੀ ਇਹਦੇ ਅੱਗੇ ਦੇ ਸਮੁੰਦਰੀ ਆ ਹੁਣ ਹਾਂਜੀ ਜੰਗਲੀ ਆ ਦੇ ਅੱਗੇ ਸਹੀ ਸਾਧ ਹਾਰ ਹੀ ਅੱਖ ਵੀ ਲੋ ਸਾਹ ਜੀ ਪੀਲੀਆਂ ਪਲਕਾਂ ਜੀ ਮਜ਼ਬੂਤ ਰਿੰਗ ਜੀ ਹਾਂਜੀ ਬੇਸ਼ੱਕ ਤੇ ਚਮਕ ਵੀ ਤੁਸੀਂ ਨਾ ਹਿਲਾਓ ਮੈਂ ਆਪ ਕਰਨਾ ਤੁਸੀਂ ਨਾ ਹਿਲਾਓ ਬੇਸਿਕਲ ਜੀ ਇੱਕ ਗੱਲ ਤੁਹਾਨੂੰ ਨਾ ਕਰਾਂ ਜੀ ਭਾਈ ਜਿਹੜੀ ਚਮਕ ਆ ਨਾ ਇਹ ਕਬੂਤਰ ਨੂੰ ਹਨੇਰੇ ਚ ਲੈ ਕੇ ਆਉਂਦੀ ਬਿਲਕੁਲ ਹਨੇਰੇ ਚ ਘਰ ਬਿਠਾਉਂਦੀ ਚਮਕ ਆ ਜਿਹੜੇ ਕਬੂਤਰ ਆ ਨਾ ਜਿਨ੍ਹਾਂ ਦੀ ਅੱਖਾਂ ਨੂੰ ਚਮਕ ਦੇ ਆਉਂਦੀ ਗੱਲ ਕਰਦਾ ਸੀ ਬਿਆਨ ਚਮਕ ਦੇ ਹਵਾਲੇ ਕਹਿੰਦੇ ਅੱਖ ਚਮਕ ਹੋਣੀ ਚਾਹੀਦੀ ਹੈ ਅੱਖ ਚ ਪਾਣੀ ਹੋਣਾ ਚਾਹੀਦਾ ਹੈ ਲੇਕਿਨ ਚਮਕ ਕਿਉਂ ਹੋਣੀ ਚਾਹੀਦੀ ਹੈ ਜੀ ਆਹ ਗੱਲ ਹੋਈ ਜੀ ਹਰ ਪਰਿੰਦੇ ਦਾ ਬਲੱਡ ਜਿਹੜਾ ਨਾ ਦੇਖੋ ਤਿੰਨਾਂ ਦਾ ਬਲੱਡ ਕੋਈ ਇਹਨਾਂ ਦਾ ਗਰੁੱਪ ਹੈਗਾ ਬਲੱਡ ਚਾਰਾਂ ਦਾ ਵੇਖੋ ਜੀ ਹਾਂਜੀ ਸਹੀ ਹੋ ਗਿਆ ਇਹ ਚਮਕ ਜਿਹੜੀ ਹੈ ਦੇਖੋ ਜੀ ਉਸਤਾਦਾਂ ਦੇ ਉਸਤਾਦ ਨੇ ਮਾਸ਼ਾਅੱਲਾ ਫੈਸਲਾਬਾਦ ਦੇ ਹਵਾਲੇ ਨਾਲ ਜਾਣ ਪਛਾਣ ਵੀ ਮਾਸ਼ਾਅੱਲਾ ਹੈਗੀ ਹੈ ਤੁਸੀਂ ਇਹ ਦੇਖੋ ਕਿ ਉਸਤਾਦ ਮਤਲਬ ਨੇ ਫਰਮਾਇਆ ਕਿ ਚਮਕ ਸਿਰਫ ਜਿਹੜੀ ਹੈ ਨਾ ਉਹ ਬੁਲੰਦੀ ਦੇ ਜਾਣ ਵਾਸਤੇ ਹੈ ਜੀ ਇੱਦਾਂ ਹੀ ਉਸਤਾਦ ਜੀ ਕਮਾਲ ਹੈ ਨਾ ਜੇ ਤੁਸੀਂ ਤੁਹਾਡਾ ਲੈਂਸ ਅੱਛਾ ਨਹੀਂ ਹੈਗਾ ਤੁਹਾਡਾ ਰਿੰਗਦਾਰ ਨਹੀਂ ਹੈ ਤੁਹਾਡੀ ਪੁਤਲੀ ਛੋਟੀ ਨਹੀਂ ਹੈ ਤੇ ਤੁਹਾਡਾ ਕੀ ਬਣੇਗਾ ਹਾਂਜੀ ਹਾਂਜੀ ਇਹਨਾਂ ਨੇ ਬਰਦਾਸ਼ਤ ਨਹੀਂ ਕਰਨੀ ਜਾਂਦੀ ਉੱਤੇ ਖੁਸ਼ਕ ਅੱਖਾਂ ਹੁੰਦੀਆਂ ਉੱਪਰ ਬਰਦਾਸ਼ਤ ਨਹੀਂ ਕਰਦੀਆਂ ਨਹੀਂ ਹੁੰਦੀਆਂ ਹਾਂਜੀ ਦੇ ਦੇ ਲਾ ਉਥੀਆਂ ਆ ਜਾਂਦੀਆਂ ਕਬੂਤਰ ਨਾ ਹੋ ਜਾਂਦਾ ਹਾਂਜੀ ਸਹੀ ਹੋ ਗਿਆ ਸਹੀ ਹੋ ਗਿਆ ਇਹ ਚਮਕ ਹੁੰਦੀ ਹੈ ਇਹਨੇ ਆਸਤਾ ਆਸਤਾ ਇਹ ਚਮਕ ਕਬੂਤਰ ਨੂੰ ਨਾ ਦੇ ਅੱਖਾਂ ਦੀ ਲੰਮੀ ਹੋਏਗੀ ਚਮਕ ਹੋਏਗੀ ਹਨੇਰੀ ਤੂਫਾਨ ਪਾਦਾਨ ਹੁੰਦੀ ਲੋ ਜੀ ਦੁਬਾਰਾ ਬਿਆਨ ਕਰਦੇ ਜੀ ਉਹ ਅਸੀਂ ਸ਼ੌਕ ਕਰਦੇ ਹਾਂ ਜੀ ਥੱਲੇ ਜਾ ਕੇ ਨਾ ਅਸੀਂ ਦਿਖਾਲਦੇ ਹਾਂ ਬਸ Allah
जी दोस्तों फिर कंटिन्यू करते हैं जी, दोस्त काफी सारे मैं ना नहीं ला सकिया, तुहाडी मेहरबानी है। फिर करते हैं जी ए, अपना की दिखान लगा हुण अपना आजम आजम हुण केड़ा शौक लान लगा दिखाओ जोड़ा बन रहा है नहीं है फिर समझ लो कबूतर जो टेक नहीं सकते जा ठीक है ना जी ए जरूरी है साथ ला ला कुर्सी कुर्सी ला ला अच्छा चल ठीक हो गया बदरंगा जा कबूतर है नील गुम्मा मेरे को पता सारदाक नु पता हो बंदा ਉਹ ਜੇੜ ਚ ਕਬੂਤਰ ਰਾਤ ਰਹਿ ਕੇ ਅਗਲੇ ਅਗਲੇ ਦਿਨ ਤਿੰਨ ਤਿੰਨ ਵਜੇ ਬਹਿੰਦਾ ਰਿਹਾ ਬਿਲਕੁਲ ਮੈਂ ਇਦਾਂ ਦੇ ਕਬੂਤਰ ਦੇਖੇ ਨੇ ਪਰ ਮਰੇ ਵਾਲੇ ਜਿਹੜੇ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਕਬੂਤਰ ਉੱਡਦਾ ਹੈਗਾ ਸਾਜੂ ਮੈਂ ਉੱਡਦਾ ਕਬੂਤਰ 25,000 ਰੁਪਏ ਦਾ ਲਿਆ ਤੇ ਉਹਨੇ ਅੱਗੋਂ ਕਿੰਨੇ ਦਾ ਲਿਆ 250 ਦਾ ਜਾਣਿਆ ਜਾਣੇ ਦੇ ਹੱਥ ਆਇਆ ਨੀਲ ਦੁਬੇ ਚ ਅੱਗੇ ਕ੍ਰਾਸ ਕੀਤਾ ਸੀ ਜਿਹੜਾ ਪੱਠਾ ਜਿਹੜਾ ਦੇਖਿਆ ਜੀ ਅੱਛਾ ਵੈਸੇ ਉਹ ਜਿਆਦਾ ਨੀਲ ਦੁਬੇ ਤੇ ਜਿਆਦਾ ਗਿਆ ਜੀ ਹੈ ਨਾ ਸਾਰੇ ਨੀਲ ਦੁਬੇ ਵਰਗੇ ਨੀਲ ਦੁਬੇ ਵਾਲੇ ਨਿਕਲੇ
ਉਹ ਨਸਲੀ ਤੌਰ ਤੇ ਜੈਨੇਟਿਕਲੀ ਬੜੇ ਮਜ਼ਬੂਤ ਨੇ ਨਾ ਉਹਨਾਂ ਦੇ ਹਾਂਜੀ ਹਾਂਜੀ ਆ ਦੇਖ ਲਓ ਫਿਰ ਉਹੀ ਹੈ ਉਸ ਹਾਲੇ ਕਿ ਡੱਬ ਵਾਲਿਆਂ ਚ ਵੀ ਹੈ ਅੱਛਾ ਮੈਂ ਕਿਹਾ ਪੰਜੀ ਸਾਹਿਬ ਹਾਂ ਦੀ ਰੰਗ ਖਾ ਗਿਆ ਮੈਂ ਕਿਹਾ ਇਹ ਪਿਓ ਡੱਬਾ ਬਿਲਕੁਲ ਹੈ ਸਾਰੇ ਸਾਹ ਗੁਪਤਾ ਦਾ ਹਾਂ ਜਿਹੜੇ ਆ ਯਾਨੀ ਹਰ ਬਿਲਕੁਲ ਇੱਕ ਮਿੰਟ अच्छा साध डब वाले दी अखां बहुत लाल नहीं हुंदियां ये गल सही है बिलकुल देखो ना पिंक थोड़ी पिंक गहरी है थोड़ी ये बहुत ही लाल नहीं है नहीं होगी लाल डबल देखा लाल नहीं होगी बाबे स्टार को ना मैं कसूर ज्यादा देखे थे ਹੁਣਾ ਵੀ ਕੁੰਦਾ ਵਾ ਹਾਂਜੀ ਅੱਗੋਂ ਜਾ ਕੇ ਪੇ ਪਾਰ ਇੰਜ ਮੁੜਦਾ ਹਾਂਜੀ ਇਦਾਂ ਹੀ ਸਾਡੇ ਉਸਤਾਦ ਆ ਆ ਦੇਖੋ ਨਾ ਬਾਹਰ ਗੱਲਾਂ ਪਿਆ ਇਦਾਂ ਜਾ ਕੇ ਸਾਰਾ ਇਹਨੂੰ ਸਾਡੇ ਉਸਤਾਦ ਆ ਉਹ ਕਹਿੰਦੇ ਜੀ ਇਹ ਕਬੂਤਰ ਇੰਨਾ ਤੋਂ ਅੱਛਾ ਕੋਈ ਵੀ ਨਹੀਂ ਵਸੇ ਤੁਸੀਂ ਉਸਤਾਦ ਕੀ ਕਹਿੰਦੇ ਹੋ ਅੰਦਰ ਨੂੰ ਹੋਣੇ ਚਾਹੀਦੇ ਜਾਂ ਇਦਾਂ ਹੋਣੇ ਚਾਹੀਦੇ ਗੱਲ ਪਤਾ ਖੂਨ ਦੀ ਗੱਲ ਆ ਭਾਈ ਬਲੱਡ ਲੈਣੀ ਹੈ ਜੀ ਹਾਂਜੀ ਅੱਛਾ ਜਿੱਥੇ ਆ ਗੱਲ ਮੁੱਕੇਗੀ ਹੁੰਦਾ ਜੀ ਬਾਹਰ ਚੜਾਈ ਵਾਲਾ ਕੁੰਦਾ ਹੁੰਦਾ ਹੈ ਇਹਨੇ ਦਸਤੀ ਜਾ ਕੇ ਨਾ ਸਮਾਨ ਵੜਨਾ ਹੁੰਦਾ ਹੈ ਇਹ ਤੇਜ਼ ਆ ਬਸ ਇਹ ਤੇਜ਼ ਆ बड़ी प्यारी गल की उस्ताद कि आ देखो ना आ रहा है कुंदा आ रहा है उस तो बाद पहला बाहर है फिर अंदर आया थोड़ा जा फिर निकलिया बाहर लेकिन एक होर चीज देखने वाली है ये आन के मुड़के थले जा रहे ने थले आ देखो अगले दिन उड़ना की ओही है ए पर जाके आने तो बाद मुड़के थले प्रवाद है हवा कराची बहुत ज्यादा होंगी उन्होंने इन्हों की जरूरत होंगी है जो जाके ना थले जा रहे देखो ना तुम महसूस होगा आ खोलो साज दोबारा फिर आ कुंदा तुसी ए चलो ए साइड खोलो कोई गल नहीं जो मर्जी खोलो ए तुहानू पता लगेगा कि यार थले जा रहे हैं आ देख लो आ थले जा रहे हैं ऐसे जाके आ थले जा रहे हैं प्लेयर होएगा स्टेट पार होएगा वनडे का प्लेयर आएगा जे पर होणगे बाजियां जिदा बाजियां खेड सकते हो पछी दादा सही कह रहे हो सीधे पर वनडे का प्लेयर होएगा लेकिन ए जिहड़ा हैगा ना पर तुसी अगर तुहाडियां 5 10 बाजियां लगियां तां मुसलसल मुकाबला करन वाले कबूतर है सही है बिल्कुल ठीक हो गया सवाल है गर्मी जुड़न वाले गर्मी जुड़ ओही कहना ना मुसलसल गर्मी वाले लो जी डब वाला दे माशाल्लाह रौनक लाई है लो जी आजम भाई भी जनाब शरादे उस्ताद दे शिगर जी ते बस ते घर च सादी शिगरदियां वड्डियां दे पैने सारे जी बड़ा बड़ा कबूतर है डब्बा लिया इन की कहंदे हो इहदे बच्चे नौनवें बहंदे है डब्बा लिया माड़ी है इहदे असीं बच्चे नहीं दिंदे किसे नूं इहदे नौनवें दे बच्चे बहंदे है बगल बिलकुल क्या बात हाँ जी लो जी सारे डब वाले जी माशाल्लाह सारे डब वाले का शौक है तादाद है जी एक दो नहीं चार नहीं क्वांटिटी है और फिर सब जस्ट लाइक वन एक तरह के हाँ जी एक तरह के तुम दौरान गए एक पर एक कुंदा एक रंग रूप सारा क्या बात अजे बच्चे शाम पिछला
बहुत वड्डा जोड़ा वा अच्छा ਅਹੀ ਮਾਦੀਆ ਦੇ ਅੱਗੇ ਖੜੀ ਇੰਜੀ ਜੋੜਾ ਲੱਗਾ ਜੋੜਾ ਹੀ ਖੜਾ ਸਾਊਦੀਆ ਵੀ ਬੱਚੇ ਬਹੁਤ ਉੱਡੇ ਆ ਸਕੂਟਰ ਦੇ ਚੀਨੇ ਵੀ ਇਹੀ ਮਾਰਦਾ ਵਾ ਬੜਾ ਹਸੀਨ ਵੀ ਬਹੁਤ ਆ ਮਾਸ਼ਾਅੱਲਾ ਇਹ ਮਾਦੀਆ ਲੱਗੀ ਆ ਇਹ ਮਾਦੀ ਨੂੰ ਕੀ ਆ ਲੱਖ ਕਿਦਾਂ ਦੀ ਕਹਾਣੀ ਹੋ ਗਈ ਸਾਹ ਸਾਹ ਇਹ ਕਿਹੜੇ ਕਬੂਤਰ ਹੀ ਆ ਜਿਹੜੇ ਇਹ ਕਬੂਤਰ ਹੈਗੇ ਲੁਧਿਆਣੀ ਵਾਲੇ ਅੱਛਾ ਪੁਰਾਣੇ ਕਬੂਤਰ ਨਾ ਇਹਨਾਂ ਇਹਨਾਂ ਨੂੰ ਕੀ ਗੋਲਡਨ मकसद उड़दे शक्ल शबात वैसे मियां ने सारी चेंज कर दी कबूतर दी हां जी सवाल है गोल्डन कमगर डब वाले रिंग इन्हें चीने भी मारने इन्हें डब वाले भी मारने इन्हें नीले भी मारने उस चीने दे दो नहीं नहीं चीने भी मार नीले भी मार डब वाले भी मार प्योर नीला थी ना लो जी हुण फिर एक नवे शौक दा आगाज करिए फिर जी हुण टैडियां बने आईए जी चलो जा जाओ जी जी मोहम्मद अरसलान जी आजम शबीर वेलकम हो गया जी उस्ताद जी अमर लतीफ वेलकम हो गया जी अमर भाई की हाल चाल है ठीक हो जी खैर नाल हो जी नबील भाई वेलकम जी वेलकम जी जाद भाई की हाल है ठीक ठाक हो जी शांत भाई लो जी जुबैर गौरसी जनाब गुजरात तो जी भट साहब वेलकम हो गया जी शाद इकबाल भाई वेलकम हो गया जी ठीक है जी अली अहमद जी वेलकम हो गया जी मोहम्मद रिजवान जी वेलकम हो गया जी जी दोस्तों अज तनु फैसलाबाद तो मैं तुहाडे नाल लाइव हां जी उस्ताद पप्पू ते शदादा कसाई दोनों भरा जी उस्ताद बैठ थले बैठो सही ना भी आ जाते चलो 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 बैठो इधर बैठो उधर नहीं इधर बैठो ये दस नंबर टैडी जी नंबर टैडी दस नंबर आ कुर्सी बैठो आ कुर्सी बैठो इधर इधर जाओ दस नंबर ने जी ते दस नंबर रखे रहना अच्छा जी दहो जी तैयारियों का शौक भी कराओ कड़िया भी दस नंबर है रंग रूप भी आ गए ठीक हो गए जी दहो जी नहीं सारे एक मिठा जामन है ब्लड लाइन बहुत अच्छी जी माशाल्लाह क्या बात है दहाओ जी साज ये अखा भी दहाओ तो सू दहाओ हाँ जी बिलकुल अस भी देखते सदा तो कोई टिकता नहीं पिया हाले हाँ चलो जी दरअसल पल झाड़ दिखाओ लो जी दस नंबर टैडी जी उस्ताद पप्पू कसाई दस नंबर टैडी कबूतर का शौक छोड़ दी जान देखो ना हाले भी सेंटर हाले पूरा कुंदा नजर आ रहा सर
ਕਬੂਤਰ ਤੇ ਬਹੁਤ ਚੀਜ਼ਾਂ ਸਾਥ ਹੀ ਦੇਖਣੀਆਂ ਪੈਂਦੀਆਂ ਹੁਣ ਕਈ ਬੰਦੇ ਕੰਨੀ ਦੇਖਦੇ ਆ ਕਈ ਹਰ ਬੰਦੇ ਦਾ ਆਪਣਾ 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 ਤਰੀਕੇਕਾਰ ਆ ਸਹੀ ਹੋ ਗਿਆ ਸਾਜੀ ਦੀ ਅੱਖ ਵੀ ਦਿਖਾਓ ਸਾਨੂੰ ਜੀ ਹਾਂ ਪੜ ਨੇ ਨਾ ਦੇਖੋ ਪੜ ਛੇਵਾਂ ਪੜ ਦੀ ਵੀ ਅਹਿਮੀਅਤ ਆ ਸੱਤਵੇਂ ਦੀ ਵੀ ਆ ਅੱਠਵੇਂ ਦੀ ਵੀ ਆ ਦਸਵੇਂ ਦੀ ਵੀ ਆ ਸਾਰਿਆਂ ਦੀ ਸਾਡੇ ਨਾਲ ਜੁੜੇ ਹੋਏ ਨੇ ਦੇਖੋ ਨਾ ਸਾਜੀ ਹੁਣ ਕਬੂਤਰ ਕਿਸੇ ਕਬੂਤਰ ਦੀ ਬਗਲ ਜਿਹੜੀ ਆ ਨਾ ਇਸ ਤਰ੍ਹਾਂ ਸਿੱਧੀ ਕਟੰਗ ਜਾਂਦੀ ਆ ਹਾਂਜੀ ਕਿਸੇ ਕਬੂਤਰ ਦੀਆਂ ਜਿਹੜੀਆਂ ਪਰੀਆਂ ਨੇ ਬਹੁਤ ਵੱਡੀਆਂ ਹੁੰਦੀਆਂ ਦੁੰਬ ਦੇ ਨਾਲ ਬਾਹਰ ਤੱਕ ਜਾਂਦੀਆਂ ਹੈਗੀਆਂ ਦੇਖੋ ਨਾ ਇਹ ਕਿੰਨੇ ਦੂਸਰੇ ਤੀਸਰੇ ਬੰਦ ਤੱਕ ਆਉਂਦੀ ਸਾਰੀ ਇਹਦੀ ਦੁੰਬ ਇਸ ਤਰ੍ਹਾਂ ਵਾ ਸਾਜੀ ਅਕਰੀਚ ਆ ਕਬੂਤਰ ਹੋਰ ਹੀ ਆ ਜਿਹੜੀਆਂ ਨਾ ਇਹ ਲਾਕ ਨੇ ਟੁੱਟੇ ਹੋਏ ਹਾਂਜੀ ਹਾਂਜੀ ਸਹੀ ਪਾਰੇ ਨੇ ਝਾੜੇ ਆ ਕਬੂਤਰ ਦੇਖੋ ਤੁਸੀਂ ਫਿਰਦਾ ਹਾਂਜੀ ਇੱਕ ਪਾਰਾ ਬਿਲਕੁਲ